ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਭਰੇ ਮਨ ਨਾਲ ਕਹਿਣਾ ਪੈ ਰਿਹਾ, ਅੱਜ ਸਵੇਰੇ ਤੜਕਸਾਰ ਇੱਕ ਖਬਰ ਪੜ੍ਹੀ ਜੋ ਭਾਈ ਖੋਸਾ ਉਹਨਾਂ ਨੇ ਪ੍ਰੈਸ ਨੂੰ ਰਿਲੀਜ਼ ਕੀਤੀ ਆ। ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਭਾਈ ਖੋਸਾ ਉਹਨਾਂ ਦਾ, ਜਿਨ੍ਹਾਂ ਨੇ ਬੜੀ ਸੋਚ ਸਮਝ ਅਤੇ ਸੂਝਬੂਝ ਦਾ ਇਹ ਪ੍ਰਗਟਾਵਾ ਕੀਤਾ ਹੈ। ਇਹਨੂੰ ਕਹਿੰਦੇ ਨੇ ਬਾਜ ਅੱਖ ਦੇ ਨਾਲ ਵੇਖਣਾ। ਸਾਡੀ ਸਿੱਖ ਕੌਮ ਦੇ ਉੱਤੇ ਜੋ ਵਾਰ, ਸਾਡੀ ਅਰਦਾਸ ਤੇ ਵਾਰ, ਮੇਰੀ ਹੱਥ ਜੋੜ ਕੇ ਬੇਨਤੀ ਹੈ ਭਾਈ ਖੋਸਾ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਿੱਖ ਜਥੇਬੰਦੀਆਂ ਨਾਲ ਸੰਪਰਕ ਕਰਕੇ ਇਸ ਦਾ ਵਿਰੋਧ ਕੀਤਾ ਜਾਏ। ਦਾਸ ਦੀ ਜੋ ਵੀ ਲੋੜ ਹੈ, ਜਿੱਥੇ ਵੀ ਲੋੜ ਹੈ, ਪਲੀਜ਼ ਹਰ ਗੱਲ ਲਈ ਆਪਾਂ ਹਾਜ਼ਰ ਹਾਂ। ਪਰ ਇਹ ਸਾਡੀ ਸਿੱਖ ਕੌਮ ਦੀ ਅਰਦਾਸ ਦੇ ਉੱਤੇ ਬਹੁਤ ਵੱਡਾ ਹਮਲਾ ਹੈ। ਜੋ ਅਕਾਲੀਆਂ ਦੇ ਦਫ਼ਤਰ ਖੋਲ੍ਹਣ ਸਮੇਂ ਰਮਾਇਣ ਦੇ ਪਾਠ ਦਾ ਭੋਗ ਪਾਇਆ ਗਿਆ ਅਤੇ ਉੱਥੇ ਇਹ ਕਿਹਾ ਗਿਆ ਰਮਾਇਣ ਦੇ ਖੰਡ ਪਾਠ ਦਾ ਭੋਗ, ਮੈਂ ਕਹਿੰਦਾ ਲਾਣਤ ਹੈ ਤੁਹਾਡੇ 'ਤੇ, ਨੱਕ ਡੋਬ ਕੇ ਮਰ ਜਾ ਮਲੁੱਕਿਆ, ਤੈਨੂੰ ਮੈਂ ਕੀ ਕੁਝ ਸ਼ਬਦ ਬੋਲਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਤੇਰੇ ਲਈ। ਵੇਖੋ, ਇਹ ਸਾਡੀ ਗੈਰਤ ਅਣਖ ਦੇ ਉੱਤੇ ਬਹੁਤ ਵੱਡਾ ਵਾਰ ਹੈ। ਸਾਡੀ ਅਰਦਾਸ ਨੂੰ ਤੋੜ ਦਿੱਤਾ ਗਿਆ ਹੈ, ਸਾਡੀ ਅਰਦਾਸ ਦੇ ਉੱਤੇ ਹਮਲਾ ਆ। ਮੈਂ ਭਾਈ ਖੋਸਾ ਉਹਨਾਂ ਨੂੰ ਫਿਰ ਦੁਬਾਰੀ ਬੇਨਤੀ ਕਰਦਾ, ਮੇਰਾ ਨੰਬਰ ਹੈ 95011-24417, ਜਦੋਂ ਵੀ ਜਿੱਥੇ ਵੀ ਸੱਦੋਗੇ ਮੈਂ ਹਰ ਹਾਲਤ 'ਚ ਉੱਥੇ ਪਹੁੰਚਾਂਗਾ। ਇਸ ਗੱਲ ਦਾ ਵਿਰੋਧ ਕਰੀਏ ਅਤੇ ਇਸ ਗੱਲ ਲਈ ਘੱਟੋ ਘੱਟ ਇਹ ਬੰਦੇ ਨੂੰ ਪੰਥ 'ਚੋਂ ਹੀ ਛੇਕ ਦੇਣਾ ਚਾਹੀਦਾ ਹੈ, ਜਿਹੜਾ ਖੜ ਕੇ ਆਪਣੇ ਗੁਰੂਆਂ ਦੀ ਅਰਦਾਸ ਦੀ ਤਰਜ਼ ਦੀ ਇੰਨੀ ਵੱਡੀ ਕਿਰਾਇਤ ਦੇ ਵਿੱਚ ਖਲੋ ਕੇ ਅਤੇ ਉਹਦਾ ਨਜ਼ਾਰਾ ਉਹਨਾਂ ਨੇ ਵੇਖਿਆ। ਲਾਣਤ ਹੈ ਇਹਨਾਂ ਲੋਕਾਂ ਦੇ ਉੱਤੇ। ਭਾਈ ਖੋਸਾ ਜੀ, ਮੇਰੀ ਫਿਰ ਬੇਨਤੀ ਹੈ, ਤੁਸੀਂ ਮੇਰੇ ਵੀਰ ਹੋ, ਵੱਧ ਤੋਂ ਵੱਧ ਤੁਹਾਡੇ ਕੋਲ ਸਾਧਨ ਹਨ, ਸੰਪਰਕ ਹਨ, ਕਿਉਂਕਿ ਸਾਡੀ ਲਾਈਫ ਕੁਛ ਹੋਰ ਤਰ੍ਹਾਂ ਦੀ ਰਹੀ ਹੈ, ਇਸ ਕਰਕੇ ਸਾਡੇ ਇੱਦਾਂ ਦੇ ਸੰਪਰਕ ਘੱਟ ਹਨ। ਅਤੇ ਮੇਰੀ ਬੇਨਤੀ ਹੈ ਕਿ ਸਾਰੀਆਂ ਜਥੇਬੰਦੀਆਂ ਨਾਲ ਸੰਪਰਕ ਕਰਕੇ ਇਹਦਾ ਡਟ ਕੇ ਵਿਰੋਧ ਕੀਤਾ ਜਾਵੇ, ਇਸ ਗੱਲ ਨੂੰ ਜਥੇਦਾਰਾਂ ਤੱਕ ਲੈ ਕੇ ਜਾਇਆ ਜਾਵੇ। ਇਸ ਬੰਦੇ ਨੂੰ ਪੰਥ 'ਚ ਰਹਿਣ ਦਾ ਕੋਈ ਵੀ ਹੱਕ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।